कौर सिंह जी जिहड़ी हुण दी हुकूमत है मोदी सरकार है वह कहिंदी अद्धा इंच भी पिछे नहीं हटना हैगा, अद्धा इंच भी खेती कानून लागू होणगे। ਇਹ ਕਹਿੰਦੇ ਨਾ ਵੀ ਮੈਂ ਤਾਂ ਅੱਧਾ ਇੰਚ ਨਹੀਂ ਪਿੱਛੇ ਹਟਣਾ, ਜਦੋਂ ਲੋਕਾਂ ਦੀ ਜਾਗਰਤੀ ਆਈ ਤੇ ਲੋਕ ਤੁਰ ਪਏ ਨਾ, ਇੱਥੇ ਆਉਣਾ ਨਹੀਂ। ਸਾਰੇ ਮੰਤਰੀਆਂ ਦਾ ਜ਼ੋਰ ਲੱਗਿਆ ਹੋਇਆ ਪੰਜਾਬ ਦੇ ਵਿੱਚ, ਕੇਂਦਰੀ ਮੰਤਰੀਆਂ ਦਾ ਇੱਕੋ ਗੱਲ ਦੱਸਣ ਲਈ ਜ਼ੋਰ ਲਾ ਰਹੇ ਨੇ, ਕਹਿੰਦੇ ਕਿਸਾਨਾਂ ਦੇ ਹੱਕ 'ਚ ਹੈ, ਕਿਸਾਨਾਂ ਦੇ ਹੱਕ 'ਚ ਹੈ, ਕਿਸਾਨਾਂ ਦੇ ਹੱਕ 'ਚ ਹੈ। ਪੁਲਿਸ ਸਾਡੀ ਸਿਲੈਕਟਡ ਪਾਵਰ ਇੰਸਟਰੂਮੈਂਟ ਹੈ, ਦੋ ਸ਼ਬਦ ਨੇ, ਪਰ ਪੁਲਿਸ ਤਾਂ ਡੰਡੇ ਮਾਰਦੀ ਆ ਸਾਡੇ। ਪਤਾ ਨਹੀਂ ਜਦੋਂ ਸਮਝਾਵਾਂਗੇ ਪਤਾ ਲੱਗ ਜੂ ਵੀ ਪੁੱਤ ਤੁਸੀਂ ਵੀ ਪਬਲਿਕ ਸਰਵੈਂਟ ਹੋ। ਅੱਜ ਤੁਸੀਂ ਹੁਣ ਦੋ ਡਿੰਗਾ ਉਧਰ ਨੂੰ ਤੁਰ ਨਹੀਂ ਦਿੰਦੇ, ਬੈਰੀਕੇਡ ਲਾਏ ਪਏ। ਕੋਈ ਬਾਤ ਨਹੀਂ, ਜਿੰਨਾ ਇਹਨਾਂ ਨੂੰ ਕਿਹਾ ਇਹਨੂੰ ਕਰਨਾ ਪਊ। ਇਹ ਖੁਦ ਕਾਰਪੋਰੇਟ ਸੈਕਟਰ ਦਾ ਦਲਾਲ ਹੈ, ਅੰਦਾਜ਼ਾ ਲਾਓ। ਬੜੀ ਗੱਲ ਕਹਿ ਰਹੇ ਹੋ ਤੁਸੀਂ, ਬਾਕਾਇਦਾ ਕਹਿ ਰਿਹਾ, ਮੈਨੂੰ ਵੀ ਪਤਾ ਬੜੀ ਖਤਰਨਾਕ ਗੱਲ ਹੈ, ਮੈਂ ਸਾਰਾ ਦਿਨ ਕਾਰਪੋਰੇਟ ਸੈਕਟਰ ਪੜ੍ਹਦਾ। ਕਹਿ ਰਹੀ ਹੈ ਅਰਥਸ਼ਾਸਤਰੀ ਸਾਡੇ ਨਾਲ ਨੇ, ਕਹਿੰਦੇ ਬੜੇ ਬੜੇ ਜਿਹੜੇ ਥਿੰਕ ਟੈਂਕ ਨੇ ਉਹ ਕਹਿੰਦੇ ਨੇ ਕਿ ਕਾਨੂੰਨ ਇਹ ਖੇਤਾਂ ਦੇ ਲਈ ਆ, ਕਿਸਾਨੀ ਦੇ ਲਈ ਆ, ਖੇਤੀ ਜਿਹੜਾ ਕਾਨੂੰਨ ਲਿਆਂਦਾ ਗਿਆ। ਵੇਖੋ ਜਿਹੜੇ ਇਹਨਾਂ ਦੇ ਅਰਥਸ਼ਾਸਤਰੀ ਹੈ, ਮੇਰੇ ਸਾਹਮਣੇ ਲਿਆਓ, ਮੈਨੂੰ ਮਨਾਰਨ ਮੰਨ ਜੂ ਹੈ, ਕਿਹੜੇ ਅਰਥਸ਼ਾਸਤਰੀ ਇਹਨਾਂ ਕੋਲੇ? ਤੁਸੀਂ ਧੁੱਪ 'ਚ ਬੈਠੇ ਹੋ, ਉਹ AC 'ਚ ਬੈਠੇ ਨੇ, AC 'ਚ ਤਾਂ ਪਤਾ ਲੱਗਦਾ ਵੀ ਉਹ ਸਾਡਾ ਨਹੀਂ ਉਹ ਇੱਥੇ ਆ ਜੇ। ਕਿਸਾਨੀ ਇੱਕ ਬਰਾਬਰ ਦੀ ਲੋਕਤੰਤਰੀ ਧਿਰ ਹੈ, ਬਿਊਰੋਕਰੇਟ ਦਾ ਲੋਕਤੰਤਰੀ ਧਿਰ ਦਾ ਗੁਲਾਮ ਹੈ, ਪਬਲਿਕ ਸਰਵੈਂਟ ਹੈ। ਪਬਲਿਕ ਸਰਵੈਂਟ ਨਾਲ ਗੱਲ ਨਹੀਂ ਕੀਤੀ ਜਾ ਸਕਦੀ, ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਨਜ਼ਰ ਆਉਂਦੀ ਹੈ ਅਮਰੀਕਾ, ਉੱਥੇ ਇੱਕ ਬੰਦੇ ਨੇ ਕਿਹਾ ਟਰੰਪ ਨੂੰ, ਅਦਾ ਅਸੀਂ ਭਾਰਤ ਦੀ ਪੁਲਿਸ ਜਾਂ ਫੌਜ ਨਹੀਂ, ਵੀ ਜਿੱਥੇ ਮਰਜ਼ੀ ਭੇਜ ਦੇ, ਅਸੀਂ ਅਮਰੀਕਾ ਦੇ ਨਾਗਰਿਕ ਹਾਂ, ਅਸੀਂ ਅਮਰੀਕਾ ਦੇ ਲੋਕਾਂ ਦੀ ਰੱਖਿਆ ਕਰਨੀ ਹੈ। ਕਾਰਪੋਰੇਟ ਸੈਕਟਰ ਦੇ ਕਾਨੂੰਨ ਕਿਸਾਨੀ ਦੇ ਵਿਰੋਧ ਹੁੰਦੇ ਆ, ਅਮਰੀਕਾ 'ਚ ਲਾਗੂ ਹੋਏ, ਅਮਰੀਕਾ 'ਚ ਪਿਛਲੇ 4 ਦਹਾਕਿਆਂ 'ਚ ਤੁਸੀਂ ਹੈਰਾਨ ਹੋਵੋਗੇ, 15,000 ਏਕੜ ਦਾ ਕਿਸਾਨ ਅਮਰੀਕਾ ਦਾ, 15,000 ਏਕੜ ਦਾ ਕਿਸਾਨ ਆਤਮ ਹੱਤਿਆ ਕਰਦਾ, ਔਰ ਉੱਥੇ 1.5% ਕਿਸਾਨ ਹੈਗੇ। ਕਿਹਨੇ ਹਕੂਮਤਾਂ ਕੂਲ ਤੱਕ ਜਾਂਦੀਆਂ ਵੀ ਲੋਕੀ ਪਸ਼ੂਆਂ ਵਰਗੀ ਜ਼ਿੰਦਗੀ ਜਾਣ, ਵੋਟਾਂ ਵੇਲੇ 100 ਰੁਪਈਆ ਦੇਈਏ, 2 ਨੰਬਰ ਦੀ ਸ਼ਰਾਬ ਪਿਆ ਦੇਈਏ, ਸਵੇਰੇ ਤੜਕੇ ਵੋਟ ਪਵਾ ਲਈਏ, 5 ਸਾਲ ਮੌਜ ਕਰੀਏ, ਇਹਨਾਂ ਦੇ ਛੱਤਰ ਮਾਰੀਏ। ਵਾਰ ਵਾਰ ਕਈ ਜਾਂਦੇ ਕਹਿੰਦੇ MSP ਤਾਂ ਅਸੀਂ ਖਤਮ ਹੀ ਨਹੀਂ ਕਰ ਰਹੇ, ਕਾਨੂੰਨ ਬਣਾ ਦੇਣ। ਇੱਕ ਮਿੰਟ, ਇਹ ਇੱਕ ਐਡਮਿਨਿਸਟ੍ਰੇਟਿਵ ਇਹ ਕਦਮ ਹੈ, ਕਾਨੂੰਨ ਬਣਾ ਦੇਣ ਮੰਨ ਜਾਗੇ, ਇਹ ਬਣਾਉਂਦੇ ਕਿਉਂ ਨਹੀਂ? 44,00,000 ਕਰੋੜ ਰੁਪਈਆ ਲੈ ਕੇ ਭੱਜੇ ਹੋਇਆ ਬੈਂਕਾਂ ਦਾ, ਲੋਕਾਂ ਦਾ, ਉਹ ਬੈਂਕਾਂ ਦਾ ਨਹੀਂ, ਪਬਲਿਕ ਸੈਕਟਰ ਦਾ ਪੈਸਾ ਲੈ ਕੇ ਬੱਚੇ ਨੇ ਉਹ, ਔਰ ਇਹਨਾਂ ਨੇ ਭਜਾਏ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ, ਅਤੇ ਖੇਤੀ ਕਾਨੂੰਨਾਂ ਖਿਲਾਫ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ, ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਲੁਧਿਆਣਾ ਦੇ ਵਿੱਚ ਮੌਜੂਦ ਹਾਂ, ਜਿੱਥੇ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਹੋਏ ਨੇ ਅਤੇ ਲਗਾਤਾਰ ਕਿਸਾਨ ਆਗੂ ਵਿਰੋਧ ਕਰ ਰਹੇ ਨੇ, ਅਤੇ ਇਸ ਵੇਲੇ ਸਾਡੇ ਨਾਲ ਬਾਪੂ ਬਲਕੌਰ ਸਿੰਘ ਵੀ ਨੇ। ਬਾਪੂ ਬਲਕੌਰ ਸਿੰਘ ਵੀ ਅੱਜ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ। ਬਲਕੌਰ ਸਿੰਘ ਜੀ, ਕਿਉਂ ਜ਼ਰੂਰਤ ਸਮਝੀ ਕਿ ਤੁਸੀਂ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣੇ ਅਤੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਲਈ ਇੱਥੇ ਪਹੁੰਚੇ ਹੋ? ਵੇਖੋ, ਪਹਿਲੀ ਗੱਲ ਤਾਂ ਮੈਂ ਇੱਕ ਕਿਸਾਨਾਂ ਦਾ ਮੁੰਡਾ ਜੀ, ਦੂਜਾ ਸ਼ਾਇਦ ਕੋਈ ਕਿਸਾਨ ਨਾ ਲੱਗੇ, ਮੈਂ ਤਾਂ ਪੂਰਾ ਹੀ ਲੱਗਦਾ। ਤੁਹਾਡਾ ਚਾਦਰਾ ਥੱਲੇ ਤੋਂ ਲੈ ਕੇ ਉੱਪਰ ਤੱਕ ਇੱਕ ਵਾਰੀ ਦਿਖਾ ਵੀ ਦੇਈਏ, ਕੋਈ ਕਹਿ ਸਕਦਾ ਵੀ ਮੈਂ ਕਿਸਾਨ, ਅਸੀਂ ਸ਼ੱਕ ਕਰੂ, ਮੈਂ ਤਾਂ ਪੱਕਾ ਨਾ, ਦੱਸਣ ਦੀ ਲੋੜ ਨਹੀਂ। ਸਾਰੀ ਉਮਰ ਹੋ ਗਈ ਚਾਦਰਾ ਹੀ ਲਾਉਂਦੇ ਹੋ? ਚਾਦਰਾ ਹੀ ਨਾ, ਕਿਉਂਕਿ ਮੇਰੇ ਪਿੱਛੇ ਕਿਸਾਨੀ ਹੈ, ਮੈਂ ਕਿਸਾਨੀ ਮਾਂ ਬਾਪ ਦੇ ਘਰੇ ਪੈਦਾ ਹੋ ਕੇ ਉਹਨਾਂ ਦੀਆਂ ਪੱਕੀਆਂ ਰੋਟੀਆਂ ਖਾ ਕੇ ਪੜਿਆ, ਇਸ ਕਰਕੇ ਮੈਂ ਕਿਸਾਨਾਂ ਦੇ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ। ਬਾਪੂ ਬਲਕੌਰ ਸਿੰਘ ਜੀ, ਜਿਹੜੀ ਹੁਣ ਦੀ ਹਕੂਮਤ ਹੈ, ਮੋਦੀ ਸਰਕਾਰ ਹੈ, ਉਹ ਕਹਿੰਦੀ ਅੱਧਾ ਇੰਚ ਵੀ ਪਿੱਛੇ ਨਹੀਂ ਹਟਣਾ ਹੈਗਾ, ਅੱਧਾ ਇੰਚ ਵੀ ਖੇਤੀ ਕਾਨੂੰਨ ਲਾਗੂ ਹੋਣਗੇ। ਵੇਖੋ ਜੀ, ਇਹਦੀ ਅੜਵਾਈਪੁਣਾ, ਇਹਦੇ ਵਿੱਚ ਇਨਸਾਨੀਅਤ ਹੈ ਨਹੀਂ, ਸੰਵੇਦਨਸ਼ੀਲਤਾ ਹੈ ਨਹੀਂ, ਇਹਨੂੰ ਕਿਸੇ ਦੀ ਪੀੜ ਦਾ ਕੋਈ ਅਹਿਸਾਸ ਨਹੀਂ। ਇਹ ਕਹੇ ਨਾ ਵੀ ਮੈਂ ਤਾਂ ਅੱਧਾ ਇੰਚ ਨਹੀਂ ਪਿੱਛੇ ਹਟਣਾ, ਜਦੋਂ ਲੋਕਾਂ ਦੀ ਜਾਗਰਤੀ ਆਈ ਤੇ ਲੋਕ ਤੁਰ ਪਏ ਨਾ, ਇੱਥੇ ਆਉਣਾ ਨਹੀਂ, ਹਟੂਗਾ ਪਿੱਛੇ, ਬਾਕਾਇਦਾ ਨੂੰ ਹਟਣਾ ਪੈਣਾ, ਜਿੰਨਾ ਮਰਜ਼ੀ ਜ਼ੋਰ ਲਾ ਲਏ, ਹਿੰਦੁਸਤਾਨ ਦੀ ਧਰਤੀ 'ਤੇ ਕੋਈ ਵੀ ਜ਼ਾਲਮ ਬੰਦਾ ਰਿਹਾ ਨਹੀਂ। ਪਹਿਲਾਂ ਵੀ ਸ਼ਾਸਕ ਬਹੁਤ ਆਏ ਨੇ, ਬੜੇ ਆਏ ਨੇ, 712 ਈਸਵੀ ਤੋਂ ਲੈ ਕੇ ਹੁਣ ਤੱਕ ਸਾਰਾ ਦਾ ਇੱਥੋਂ ਰੁਖਸਤ ਹੋਏ, ਵੱਡੇ ਵੱਡੇ ਅਹਿਮਦ ਸ਼ਾਹ ਅਬਦਾਲੀ ਨਹੀਂ ਬਚੇ ਇੱਥੇ ਆ ਕੇ, ਨਾਦਰ ਸ਼ਾਹ ਨਹੀਂ ਬਚੇ, ਔਰੰਗਜ਼ੇਬ ਵੀ ਤਹਾਂ ਮਾਰਦਾ ਗਿਆ, 300 ਤੋਂ ਉੱਪਰ ਸੀਟਾਂ ਨੇ, ਕਹਿੰਦਾ ਸਾਡੇ ਕੋਲ ਬਹੁਮਤ ਹੈ। ਇੱਕ ਵਾਰੀ ਬਹੁਮਤ ਆ ਗਿਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਇਹਨੂੰ ਆ ਮੂਰਖਤਾ ਕਰਨ ਵਾਸਤੇ ਬਹੁਮਤ ਨਹੀਂ ਦਿੱਤਾ ਸੀ, ਕੋਈ ਭਲਾ ਕਰੂ,
गांह सीटा लोग खोल लेंगे। सारे मंत्रियों का जोर लग्या होया पंजाब दे विच केंद्रीय मंत्रियों का इक्को गल दसण लई जोर ला रहे ने, कहिंदे किसानां दे हक च है, किसानां दे हक च है, किसानां दे हक च है। किसानां दे विच बह के गल कर लैण ते किसान सुन लैणगे, आपदी गल सुना देणगे। जे एसी होटलां रेस्टोरेंटां दे ढाबें च बह के गल करन फिर किसान की गल नहीं करते, फिर कोई करतूत करते। आना चाहिए अश्विनी शर्मा नूं विच, अज कहदा आना चाहिए। जे किसान का पुत है, किसान का इहनूं दर्द है, कोई किसान की इहनूं शर्म है ते विच आ जाए। पर वो कहिंदे शीशे भन दिंदे ने गड्डियां दे, कोई भांदा शीशे? इन्नी फोर्स खड़ी है किवें भन देणगे? कमाल है, हर एक कोल डांग है, अजे तक भी इन्हां नूं पाया। फिर दसो पैटन टैंक लेके आउण, बख्तरबंद गड्डियां खड़ियां ने, वाटर गड्डियां खड़ियां, हां पुलिस खड़ी है। देखो यह मोदी पब्लिक सर्वेंट है। अच्छा, यह मालक नहीं है, यह इलेक्टेड पब्लिक सर्वेंट है। पुलिस साडी सिलेक्टेड पब्लिक सर्वेंट है, दो शब्द ने। पर पुलिस तो डंडे मार दिया साढ़े, पता नहीं जो समझावांगे पता लग जू भी पुत तुसी भी पब्लिक सर्वेंट हो। अज तुसी हुण दो डिंगा उधर नूं तुर नहीं दिंदे, बैरीकेड लाए पाए ने। कोई बात नहीं, जिन्ना इन्हां नूं कहा इन्हां करना पऊ। साडी गल जाऊ घरे बह के सोचणगे, थोड़ा थोड़ा पढ़े भी हैगे, बेशक वर्दी नहीं सोचणगे। असीं भी ड्यूटी करदे आ, ड्यूटी ने तो करवाई जांदी है, डराया जांदा है। अंग्रेज वेल दी सबॉर्डिनेशन इन्हां दे दिमाग च पाई है भी मैं सीनियर हाँ तू जूनियर है। जी सीनियर का मतलब हुंदा है कि जूनियर दी धौण ते गोडा धर के खड़ना, जूनियर का मतलब हुंदा कि सीनियर दे थले पै जाना। यह सबॉर्डिनेशन अंग्रेज दे दित्ती हुई। अंग्रेज तो चले गए 73 साल हो गए, कानून उही क्यों है? उन्हां दा कानून क्योंकि आपां सोचा नहीं, आपां ओह मालक चुने जिहड़े अनपढ़ सी। तेरी पार्लीमेंट दे विच 45% MP उहने जिन्हां ते कतल दे मुकदमे, रेप दे मुकदमे, चोरी दे मुकदमे, डाकियां दे मुकदमे आपां चुण बैठे, ते फिर आही सज़ा मिलनी है। हुण आपां नूं हुण भी तां आपां गलत कीती। फिर अजे तक हिंदुस्तान दे लोक थोड़े जिहे बेचारे अणभोल ने, ओह तक डेमोक्रेसी दे हाण दे नहीं होए। सानूं हिंदू सिख बना के, मुसलमान बना के, ऊंच नीच बना के साथ वोटां लै जांदे। मजबूरी की है मोदी सरकार दी के खेती कानून इक पासे कहिंदे के किसानां लई ने, फिर की मजबूरी है? किसान कहिंदे साडे लई नहीं हैगे। देखो इही तां गल है ना, जिहदे गल च ने पटा पाया भी मेरा पालतू कुत्ता है, उहदा भाई साहब मैं तेरा कुत्ता नहीं हाँ। ये खुद एक कारपोरेट सैक्टर का दलाल है, अंदाजा लाओ। बड़ी गल कह रहे हो तुम, बाकायदा कह रहे हैं। मैंने भी पता बड़ी खतरनाक गल है, मैं सारा दिन कारपोरेट सैक्टर पढ़ता, सारा दिन। इतने कोई बंदा सवेरे अखबार दियाँ 4 सुर्खियां नहीं पढ़ के आया, मैं सवेरे सवेरे 100 पेज पढ़ के आया। तो कह देना कि तुम भड़काउंदे हो लोगों, भड़काउंदा नहीं। मैं कहना पुत तुम जागो, जागो, चेतना चाहो, हिंसक बिल्कुल नहीं होना, अपने हकों के लिए जागो। भाजपा कह रही है अर्थशास्त्री साढ़े नाल ने, कहते बड़े बड़े जोड़े थिंक टैंक ने, वो कहते हैं कि कानून एक खेतों के लिए, किसानी के लिए, खेती जोड़ा कानून लिया गया। देखो जोड़े इन्होंने अर्थशास्त्री है मेरे सामने लियाओ, मैनू मनादन मनजू है कि अर्थशास्त्री इन्होंने कोपोरेट सैक्टर के ऑक्सफोर्ड यूनिवर्सिटियां के दलाल अर्थशास्त्री ने। अच्छा तुम धुप्प च बैठे हो, एसी च बैठे ने, एसी तो पता लगता है भी वह साडा नहीं, वह इतने आ जाए। एसी तो पता लगता साडा नहीं, वह एसी च बैठा है, असी धुप्प च खड़े, सानू धुप्प नहीं लगती। उन्होंने उत्थे बैठे भी मुड़ के आते हैं क्योंकि अंदर खोट है, मन खोटा है, नीयत खोटी है, करतूत खोटी है। किसानी के हक च बिल्कुल नहीं, हिंदुस्तान के सरकार किसानी के हक च नहीं है। आनंद नाल कहना इन्हों का कोई भी अर्थशास्त्री आवे, अर्थशास्त्री खेतीबाड़ी का किसी यूनिवर्सिटी चो ले आओ, मेरे नाल गल करा दिओ, मान जाएंगे, जिहड़े मर्जी नूं ले आओ। ऐलान है, बड़ा औखा करना ऐलान करना। टॉक भी होई सी खेती मंत्रालय के सकत्तर कोले, किसान गए उत्थे गलबात नहीं। देखो पहली गल तो जिहड़े सकत्तर हुंदे आ ब्यूरोक्रैट हुंदे आ, इन्हां दी क्वालिफिकेशन पता की हुंदी है? BA, सिर्फ BA। ये किसी सब्जैक्ट के मार नहीं हुंदे, BA करके उन्होंने हथे डांग फड़ा दिओ, वड्डी सारी वर्दी पा दिओ, उन्होंने ते पेंट कोट ते टाई लवा दिओ, हुण आखण के थोड़े मालक आ गए। उन्होंने वास की कोई गल नहीं, किसी कानून नूं बदलना करनी, ब्यूरोक्रेट नाल गल करनी किसानी की बेइज्जती है। किसानी एक बराबर की लोकतंत्री धिर है, ब्यूरोक्रेट लोकतंत्री धिर का गुलाम है, पब्लिक सर्वेंट है। पब्लिक सर्वेंट नाल गल नहीं की जा सकती, सरकार नाल गल करनी चाहिए है। सरकार का बंदा आवे। अच्छा, जे एडे वड्डे खाबी खान ने ते वोटां वाले क्यों की सी करदे फिरदे ने, हाथ जोड़ते हैं सारे, सारे हाथ जोड़ देना। हूँ आ जा कि डर की है, जो वोटों वेले इन्होंने केड़ी गली नहीं कच्छी,
ਤੇ ਹੁਣ ਆ ਜਾਣ ਕਿਸੇ ਨੂੰ ਕੀ ਇਤਰਾਜ਼ ਹੈ ਸੰਵਿਧਾਨਿਕ ਹੱਕ ਹੈ ਪ੍ਰੋਟੈਸਟ ਕਰਨ ਦਾ ਆਪਣਾ ਕਹਿੰਦਾ ਲੋਕਤੰਤਰੀ ਹੱਕ ਹੈ ਸੰਵਿਧਾਨ ਦਿੰਦਾ ਸਾਰੀ ਦੁਨੀਆ ਪ੍ਰੋਟੈਸਟ ਕਰਦੀ ਹੈ ਅਮਰੀਕਾ 'ਚ ਪ੍ਰੋਟੈਸਟ ਹੋ ਰਿਹਾ ਇੱਕ ਕਾਲੇ ਦੀ ਧੌਣ ਤੇ ਇੱਕ ਪੁਲਿਸ ਵਾਲੇ ਨੇ ਗੋਡਾ ਧਰਿਆ ਸੀ ਕੀ ਲਿਖਿਆ ਸੀ ਉੱਥੇ ਬਲੈਕ ਮੈਟਰਸ ਕਾਲੇ ਦਾ ਵੀ ਕੋਈ ਹੱਕ ਹੈ ਹੁਣ ਕੰਮ ਦੇ ਆ ਕਿ ਨਹੀਂ ਜਿੰਨੇ ਗੋਰੇ ਆ ਕਿੰਨੀਆਂ ਉਹਨਾਂ ਕੋਲੇ ਫੌਜਾਂ ਨੇ ਗੋਡੇ ਟੇਕ ਕੇ ਪੁਲਿਸ ਸਾਰੀ ਬੈਠੀ ਸੀਗੀ ਬੈਠੀ ਸੀ ਨਾ ਉਹ ਕਿੱਧਰ ਗਈ ਨਜ਼ਰ ਆਉਂਦੀ ਆ ਅਮਰੀਕਾ ਉੱਥੇ ਇੱਕ ਬੰਦੇ ਨੇ ਕਿਹਾ ਟਰੰਪ ਨੂੰ ਅਦਾ ਅਸੀਂ ਭਾਰਤ ਦੀ ਪੁਲਿਸ ਜਾਂ ਫੌਜ ਨਹੀਂ ਵੀ ਜਿੱਥੇ ਮਰਜ਼ੀ ਭੇਜ ਦੇ ਅਸੀਂ ਅਮਰੀਕਾ ਦੇ ਨਾਗਰਿਕ ਹਾਂ ਅਸੀਂ ਅਮਰੀਕਾ ਦੇ ਲੋਕਾਂ ਦੀ ਰੱਖਿਆ ਕਰਨੀ ਆ ਇਹ ਗੱਲ ਕਲੀਅਰ ਕਿਵੇਂ ਹੋਵੇ ਕਿਉਂਕਿ ਦੋ ਪੱਖ ਨੇ ਇਸ ਵੇਲੇ ਇੱਕ ਪਾਸੇ ਇਹ ਪੱਖ ਹੈ ਕਿ ਕਿਸਾਨਾਂ ਦਾ ਕਿ ਇਹ ਜਿਹੜੇ ਕਾਨੂੰਨ ਨੇ ਖੇਤੀ ਕਾਨੂੰਨ ਤਿੰਨੇ ਨੇ ਇਹ ਵਿਰੋਧੀ ਨੇ ਦੂਜੇ ਪਾਸੇ ਸਰਕਾਰ ਦਾ ਪੱਖ ਹੈ ਕਿ ਇਹ ਕਿਸਾਨ ਹਤੈਸ਼ੀ ਨੇ ਇਹ ਨਿਤਾਰਾ ਹੀ ਨਹੀਂ ਹੋ ਪਾ ਰਿਹਾ ਨਹੀਂ ਬਾਕਾਇਦਾ ਨਿਤਾਰਾ ਇੱਕ ਮਿੰਟ 'ਚ ਹੁੰਦਾ ਹੈ ਵਾਹ ਜੀ ਵਾਹ ਪਹਿਲੀ ਗੱਲ ਤਾਂ ਇਹ ਹੈ ਕਾਰਪੋਰੇਟ ਸੈਕਟਰ ਦੇ ਕਾਨੂੰਨ ਨੇ ਇਹ ਕਾਰਪੋਰੇਟ ਸੈਕਟਰ ਦੇ ਕਾਨੂੰਨ ਕਿਸਾਨੀ ਦੇ ਵਿਰੋਧ 'ਚ ਹੁੰਦੇ ਆ ਅਮਰੀਕਾ 'ਚ ਲਾਗੂ ਹੋਏ ਅਮਰੀਕਾ 'ਚ ਪਿਛਲੇ 4 ਦਹਾਕਿਆਂ 'ਚ ਤੁਸੀਂ ਹੈਰਾਨ ਹੋਵੋਗੇ 15,000 ਏਕੜ ਦਾ ਕਿਸਾਨ ਅਮਰੀਕਾ ਦਾ 15,000 ਏਕੜ ਦਾ ਕਿਸਾਨ ਆਤਮ ਹੱਤਿਆ ਕਰਦਾ ਔਰ ਉੱਥੇ 1.5% ਕਿਸਾਨ ਰਹਿ ਗਿਆ ਇੱਥੇ ਤਾਂ ਪਹਿਲਾਂ ਵੀ ਹਾਲਤ ਮਾੜੀ ਹੈ ਇੱਥੇ ਤਾਂ ਹਾਈ ਢਾਈ ਨੰਗੋ ਨੰਗ ਬੁਲਾਡੇ ਡੇਰਾ 2.5 ਏਕੜ ਦੇ ਬੰਦੇ ਨੇ ਇਹ ਇਹਨਾਂ ਕੋਲ ਵਿਚਾਰੇ ਕੋਲ ਕੀ ਹੈ ਇਹਨੇ ਤਾਂ ਪੱਗ ਵੀ ਖੋਲੀ ਢਿੱਡ ਵੀ ਖੋਲਿਆ ਬਾਕੀ ਕੀ ਰਹਿ ਗਿਆ ਚਾਹੁੰਦੀਆਂ ਕੀ ਨੇ ਹਕੂਮਤਾਂ ਹਕੂਮਤਾਂ ਚਾਹੁੰਦੀਆਂ ਵੀ ਲੋਕ ਪਸ਼ੂਆਂ ਵਰਗੀ ਜ਼ਿੰਦਗੀ ਜਾਣ ਵੋਟਾਂ ਵੇਲੇ 100 ਰੁਪਈਆ ਦੇਈਏ 2 ਨੰਬਰ ਦੀ ਸ਼ਰਾਬ ਪਿਆ ਦੇਈਏ ਸਵੇਰੇ ਤੜਕੇ ਵੋਟ ਪਵਾ ਲਈਏ 5 ਸਾਲ ਮੌਜ ਕਰੀਏ ਇਹਨਾਂ ਦੇ ਛੱਤਰ ਮਾਰੀਏ ਇਹ ਹੁਣ ਲੋਕ ਜਾਗ ਗਏ ਨੇ ਇਹਨਾਂ ਹਾਕਮਾਂ ਨੂੰ ਪਤਾ ਲੱਗ ਜੂਗਾ ਕਿ ਲੋਕ ਹੁਣ ਜਾਗ ਚੁੱਕੇ ਨੇ ਬਾਕਾਇਦਾ ਇਸ ਸੰਘਰਸ਼ ਤੋਂ ਇੱਕ ਗੱਲ ਬੜੀ ਪੋਸਟ ਸਾਹਮਣੇ ਆਈ ਆਮ ਤੌਰ 'ਤੇ ਪਿੰਡਾਂ ਦੇ ਲੋਕਾਂ ਨੂੰ ਕਹਿੰਦੇ ਜੀ ਵੀ ਇਹ ਤਾਂ ਜੱਟ ਬੂਟ ਨੇ ਕਹਿੰਦੇ ਆ ਨਾ ਆਪਾਂ ਲੁਧਿਆਣੇ ਸ਼ਹਿਰ 'ਚ ਫਿਰਦੇ ਹਾਂ ਤੁਸੀਂ ਇਹ ਲਫ਼ਜ਼ ਸੁਣਦੇ ਹੋ ਨਾ ਮੈਂ ਸੁਣਦਾ ਮੈਂ ਤੁਰਦਾ ਨਾ ਇਸ ਕਰਕੇ ਮੈਂ ਸੁਣਦਾ ਇਹ ਕੌਣ ਹੈ ਅਕੇ ਤਾਂ ਜੀ ਜੱਟ ਬੂਟ ਹੈ ਇਹ ਤਾਂ ਬਾਇਆ ਬਠਿੰਡਾ ਹੈ ਇਹ ਲਫ਼ਜ਼ ਬੋਲਦੇ ਆ ਪਰ ਹੁਣ ਪਤਾ ਲੱਗ ਗਿਆ ਵੀ ਇਹ ਜੱਟ ਬੂਟ ਨਹੀਂ ਇਹ ਸੰਘਰਸ਼ ਵਾਲੇ ਕਿਸਾਨ ਨੇ ਇਹਨਾਂ ਨੂੰ ਆਪਣੇ ਹਿੱਤਾਂ ਦਾ ਪਤਾ ਹੈ ਇਹਨਾਂ ਨੂੰ ਪਤਾ ਵੀ ਸਾਨੂੰ MSP ਸਾਡੀ ਖੋਈ ਜਾ ਰਹੀ ਹੈ ਸਾਡੇ ਕਿਸਾਨੀ ਦਾ ਜਿਹੜਾ ਮੁੱਲ ਦੇਣਾ ਸੀ ਉਹ ਨਹੀਂ ਦੇਣਾ ਕਾਰਪੋਰੇਟ ਸੈਕਟਰ ਨੇ ਕਬਜ਼ਾ ਕਰਨਾ ਹੈ ਵਾਰ ਵਾਰ ਕਹੀ ਜਾਂਦੇ ਕਹਿੰਦੇ MSP ਤਾਂ ਅਸੀਂ ਖਤਮ ਹੀ ਨਹੀਂ ਕਰ ਰਹੇ ਫਿਰ ਕਾਨੂੰਨ ਬਣਾ ਦੇਣ ਇੱਕ ਮਿੰਟ ਇਹ ਇੱਕ ਐਡਮਿਨਿਸਟ੍ਰੇਟਿਵ ਇਹ ਕਦਮ ਹੈ ਕਾਨੂੰਨ ਬਣਾ ਦੇਣ ਮੰਨ ਜਾ ਗਿਆ ਇਹ ਬਣਾਉਂਦੇ ਕਿਉਂ ਨਹੀਂ ਜਦੋਂ 400 ਬੰਦਾ ਉੱਥੇ ਵਿੱਚ ਬੈਠਾ ਸੁੱਤਾ ਪਾਇਆ ਕਹਿੰਦਾ ਹਾਏ ਕਾਨੂੰਨ ਬਣਾ ਦੇਣ ਹਾਏ ਕਰਕੇ ਇਹ ਰੋਕਿਆ ਬਣਾਉਣ ਇਹ ਮੋਦੀ ਸਾਹਿਬ ਜਿਹੜੀ ਅੱਜ ਗੱਲ ਕਰ ਰਹੇ ਨੇ ਅਤੇ ਭਾਜਪਾ ਦੇ ਮੰਤਰੀ ਗੱਲ ਕਰ ਰਹੇ ਨੇ ਵਾਰ ਵਾਰ ਵਰਚੁਅਲ ਮੀਟਿੰਗਾਂ ਕਰ ਰਹੇ ਨੇ ਇੰਟਰਨੈਟ ਦੇ ਰਾਹੀਂ ਮੀਟਿੰਗਾਂ ਕਰ ਰਹੇ ਨੇ ਅਤੇ ਕਿਸਾਨਾਂ 'ਚ ਜਾ ਨਹੀਂ ਰਹੇ ਹੈ ਇਸੇ ਕਰਕੇ ਨਾ ਕਮਾਲ ਆ ਚੋਰ ਦੀ ਮਾਂ ਦਾ ਯਾਰ ਬੁੱਕਲ 'ਚ ਮੂੰਹ ਕੋਠੀ 'ਚ ਮੂੰਹ ਇਹ ਚੋਰ ਦੀ ਮਾਂ ਨੇ ਇਹ ਲੋਕਾਂ 'ਚ ਕਿਵੇਂ ਜਾਣਗੇ ਲੋਕਾਂ 'ਚ ਜਾਣ ਗੱਲ ਕਰਨ ਇਹਨਾਂ ਦੀ ਗੱਲ ਸੁਣੀ ਜਾਊ ਅੱਛਾ ਹੁਣ ਅਗਲਾ ਸੰਘਰਸ਼ ਹੈ ਜਿਹੜਾ ਇਹ ਜਿਹੜਾ ਸੰਘਰਸ਼ ਹੈ ਪਿਛਲੇ 20-25 ਦਿਨ ਹੋ ਗਏ ਲਗਾਤਾਰ ਚੱਲ ਰਿਹਾ ਕੋਈ ਟੋਲ ਟੈਕਸ ਤੇ ਬੈਠਾ ਕੋਈ ਦਿਨ ਰਾਤ ਬੈਠਾ ਕੋਈ ਰੇਲਾਂ ਰੋਕ ਰਿਹਾ ਕੋਈ ਅੱਜ ਪ੍ਰੋਟੈਸਟ ਭਾਜਪਾ ਆਗੂਆਂ ਦਾ ਹੋ ਰਿਹਾ ਇਹ ਜਿੱਤ ਜਿਹੜੀ ਹੈ ਮਿਲੂਗੀ ਕਿਵੇਂ ਦੇਖੋ ਇਸੇ ਤਰ੍ਹਾਂ ਹੀ ਜਿੱਤ ਮਿਲੂ ਲੋਕਤੰਤਰੀ ਸੰਘਰਸ਼ ਲੋਕਤੰਤਰੀ ਵਿਰੋਧ ਨਾਲ ਲੋਕਤੰਤਰੀ ਏਕੇ ਨਾਲ ਜਿੱਤ ਪ੍ਰਾਪਤ ਹੋਊ ਜਿੰਨੇ ਮੁਲਕ ਦੇ ਠੱਗ ਹੈ ਵਿਦਾ ਹੋ ਜਾਣਗੇ ਅੱਗੇ ਕਿਹੜਾ ਇੱਥੋਂ ਭੱਜੇ ਨਹੀਂ ਕਿੰਨੇ ਠੱਗ ਭੱਜੇ ਹੋਏ ਨੇ ਖਰਬਾਂ ਰੁਪਈਆ ਲੈ ਕੇ ਵਿਜੇ ਮਲਿਆ ਵਰਗੇ ਮੋਦੀ ਵਰਗੇ ਕਿੰਨੇ ਕਿੰਨੇ ਨੇ ਕਿਸੇ 35,000 ਕਰੋੜ 38,000 ਕਰੋੜ 44,00,000 ਕਰੋੜ ਰੁਪਈਆ ਲੈ ਕੇ ਭੱਜੇ ਹੋਏ ਆ ਬੈਂਕਾਂ ਦਾ ਲੋਕਾਂ ਦਾ ਉਹ ਬੈਂਕਾਂ ਦਾ ਨਹੀਂ ਪਬਲਿਕ ਸੈਕਟਰ ਦਾ ਪੈਸਾ ਲੈ ਕੇ ਭੱਜੇ ਨੇ ਉਹ ਔਰ ਇਹਨਾਂ ਨੇ ਭਜਾਏ ਨੇ ਇਹ ਹੁਣ ਜਿਹੜੇ ਖੇਤੀ ਕਾਨੂੰਨ ਬਣ ਗਏ ਲੋਕ ਸਭਾ ਰਾਜ ਸਭਾ ਰਾਸ਼ਟਰਪਤੀ ਦੇ ਸਾਈਨ ਜੇ ਹੁਣ ਇਹ ਰੱਦ ਕਰਾਉਣੇ ਆ ਉਹਦੇ ਲਈ ਕੀ ਤਰੀਕਾ ਦੇਖੋ ਇੱਕ ਤਾਂ ਇਹਨਾਂ 'ਤੇ ਜ਼ੋਰ ਪਾਇਆ ਜਾਵੇ ਬੰਦੇ ਦੇ ਪੁੱਤ ਬਣ ਜਾਣ ਹੱਥ ਬੰਨ ਲੈਣ ਵੀ ਸੌਰੀ ਗਲਤੀ ਹੋ ਗਈ ਰਿਪੀਲ ਕੀਤੇ ਜਾਂਦੇ ਆ ਘੰਟੇ 'ਚ ਰਿਪੀਲ ਹੋ ਜਾਣਗੇ ਕਰ ਸਕਦੇ ਨੇ ਇਹਨਾਂ ਕੋਲ ਪੂਰਾ ਅਧਿਕਾਰ ਹੈ ਬਹੁ ਗਿਣਤੀ ਆ ਜਦੋਂ ਇਹਨਾਂ ਨੇ ਲੋਕਾਂ 'ਤੇ ਜ਼ੁਲਮ ਕਰਨ ਲਈ 400 ਬੰਦਾ ਹਾਏ ਕਹਿ ਸਕਦਾ ਅਤੇ ਰਿਪੀਲ ਕਰਨ ਵਾਸਤੇ 400 ਬੰਦਾ ਹਾਏ ਕਰਦੇ ਕੋਈ ਰਿਪੀਲ ਹੋ ਜਾਣਗੇ ਘੰਟੇ 'ਚ ਹੁੰਦੇ ਆ ਪਰ ਇਹ ਵਿਪ ਜਾਰੀ ਕਰ ਦਿੰਦੇ ਨੇ ਜਿਹੜੇ ਪੰਜਾਬ ਦੇ MP ਨੇ ਹੰਸ ਰਾਜ ਪੰਜਾਬ ਤੋਂ ਨੇ ਦਿੱਲੀ 'ਚ ਜਿੱਤੇ ਸਨੀ ਦਿਓਲ ਜਿੱਤਿਆ ਹੋਰ ਸੋਮ ਪ੍ਰਕਾਸ਼ ਜਿੱਤਿਆ ਜਿਹੜੇ ਇਹਨਾਂ ਦੇ ਵੀ ਨੇ ਉਹ ਵੀ ਪੰਜਾਬ ਦੀ ਗੱਲ ਨਹੀਂ ਕਰਦੇ ਵਿਪ ਜਾਰੀ ਹੋ ਜਾਂਦਾ ਪਾਰਟੀ ਦੇ ਅੰਡਰ ਰਹਿਣਾ ਪੈਂਦਾ ਵੇਖੋ ਜਿਹੜਾ ਪੰਜਾਬ ਦਾ ਇੱਕ ਬਹੁਤ ਵੱਡਾ ਦੁਖਾਂਤ ਰਿਹਾ ਪਿਛਲੇ 70 ਸਾਲਾਂ ਦੇ ਵਿੱਚ ਜਿੰਨੇ ਤੁਸੀਂ ਪੰਜਾਬ ਦਾ ਭਾਵਾਂ ਦਾੜੀ ਵਾਲਾ ਬੰਦਾ ਭਾਵਾਂ ਸਾੜੀ ਵਾਲਾ ਬੰਦਾ ਕਿਸੇ ਵੀ ਪਾਰਟੀ ਦਾ ਉਹਨੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਉੱਥੇ
कुल मिला के इन्हों जो टाइम है ना सारे पंजाब के एम पियाँ का तुम हैरान मनोगे कि 76 घंटे बनता जिन्ना ये बोले है ना 74 साल 76 घंटे टाइम बनता इन्ना घट बोले बोलते नहीं है ना उत्थे जाके 5-स्टार होटलों रोटियां खाते ने कहते टीवी एंकर के घर पुजारी छाल मारते हैं अपने थोड़े लुधियाने शहर के कैंपी नहीं सी सारे जानते हैं ना कि खानदानी बंदा सी बहुत खानदानी सी की करतूत सी ओदी मैं दस दया है एक टीवी एंकर वोटा थोड़िया लिया खे कित्थे खाधी खाधी ना एक साडा बड़ा सारा अफसर सी बहुत बड़ा अफसर जिदे परछावे तो सूरज डरदा सी ओही पता लग्या भी वह भी उत्थे बैठा है कमाल नहीं ए बापू बलकौर सिंह जी नाले कहिंदे पैसा नाल नहीं जांदा ये जिहड़े अंबानी अंडानी है किहदे लई इन्ना इकट्ठा करदे ने फिर ये तो साढ़े जिहड़े धार्मिक बंदे आ ना हिंदुस्तान दे वो गरीबां नूं कहिंदे आ भी भाई माया नाल नहीं जानी ਤਾਂ ਕਿ ਗਰੀਬ ਕਦੇ ਮਾਇਆ ਬੰਨੀ ਝਾਕਣ ਨਾ ਜਦੋਂ ਨਾ ਝਾਕੜ ਤੇ ਮਾਇਆ ਆਪਣੇ ਆਪ ਆਬਾਨੀ ਕੋਲ 13ਵੀਂ ਵਾਰ ਪਹਿਲੇ ਨੰਬਰ ਦਾ ਬਣ ਗਿਆ ਬਿਲਕੁਲ ਝੂਠ ਮਾਰਦੇ ਆ ਪਹਿਲਾ ਨੰਬਰ ਤਾਂ ਕਦੇ ਆਇਆ ਨਹੀਂ ਸਭ ਤੋਂ ਕਰਪਟ ਜ਼ਰੂਰ ਹੈ ਅੱਛਾ ਹਾਂ ਕਰਪਟ ਜ਼ਰੂਰ ਹੈ ਕਿਹੜਾ ਪਹਿਲਾ ਇਹਨੇ ਬਣਨਾ ਹੀ ਬਣਨਾ ਹੈ ਜਦੋਂ ਸਾਰਾ ਹਿੰਦੁਸਤਾਨ ਤੇ ਦੇ ਮੂੰਹ 'ਚ ਪਾਤਾ ਭਾਵੇਂ 15 ਵਾਰੀ ਬਣ ਜਾਏ ਇਹ ਬਣੂਗਾ ਕਿਉਂਕਿ ਸਾਰੀ ਸਰਕਾਰ ਇਹਦੇ ਚਰਨਾਂ 'ਚ ਬੈਠੀ ਆ ਇਹ ਵੋਟਾਂ 'ਚ ਫੰਡਿੰਗ ਦਾ ਰੌਲਾ ਹੁੰਦਾ ਕਿਉਂ ਤੇਰੀ ਡੈਮੋਕ੍ਰੇਸੀ 'ਚ ਮੈਂ ਵੋਟਾਂ 'ਚ ਖੜਾ ਹੋਇਆ ਮੈਨੂੰ ਪਤਾ ਹੈ ਵੋਟਾਂ ਕਿਵੇਂ ਲੈਂਦੀਆਂ ਤੇਰੇ ਮੁਲਕ ਦੀਆਂ ਇੱਥੇ ਵੱਡੀਆਂ ਇੰਡਸਟਰੀਆਂ ਇਹਨਾਂ ਚੋਰਾਂ ਨੂੰ ਪੈਸੇ ਦਿੰਦੀਆਂ ਲੱਖਾਂ 'ਚ ਨਹੀਂ ਕਰੋੜਾਂ 'ਚ ਫਿਰ ਕਰੋੜਾਂ ਰੁਪਈਆ ਲੈ ਕੇ 2 ਨੰਬਰ ਦੀ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਉਹ ਸਲਮਾਂ 'ਚ ਵੰਡੀ ਜਾਂਦੀ ਹੈ ਗਰੀਬਾਂ 'ਚ ਵੰਡੀ ਜਾਂਦੀ ਹੈ ਜਿਸ ਦਿਨ ਵੋਟਾਂ ਪੈਂਦੀਆਂ ਸ਼ਾਮ ਨੂੰ ਇੱਕ ਪਊਆ ਕਿੰਨੇ ਰੁਪਈਆਂ ਦਾ 30 ਰੁਪਈਆਂ ਦਾ ਤੇ 100 ਰੁਪਈਆ ਵੇਚਤੀ ਵੋਟ 5 ਸਾਲ ਬਾਅਦ ਤੇ ਸਵੇਰੇ ਤੜਕੇ 7:30 ਵਜੇ ਪਹਿਲਾਂ ਬੰਦਾ ਉੱਥੇ ਵੋਟ ਪਾਉਣ ਆਉਂਦਾ ਕਮਾਲ ਨਹੀਂ ਜਿਹੜੇ ਬੰਦੇ ਨੂੰ ਵੋਟ ਦੇ ਸਪੈਲਿੰਗ ਨਹੀਂ ਆਉਂਦੇ ਉਹ ਵੋਟ ਪਾਉਣ ਆਉਂਦਾ ਜਿਹੜੇ ਇੱਥੋਂ ਦੀ ਸੋ ਕਾਲਡ ਸਿਵਲਾਈਜ਼ਡ ਬੰਦੇ ਨੇ ਉਹ ਕਦੇ ਵੋਟ ਪਾਉਣ ਨਹੀਂ ਆਏ ਸਿਰ ਪੈਸੇ ਦਿੰਦੇ ਆ ਉਹ ਪਿਕਨਿਕ ਮਨਾਉਣ ਚਲੇ ਜਾਂਦੇ ਨੇ ਬਲਕੌਰ ਸਿੰਘ ਜੀ ਇੱਕ ਹੋਰ ਸਵਾਲ ਹੈ ਕਿ ਅੱਜ ਅਸੀਂ ਇਹ ਕਹਿੰਦੇ ਆ ਵੀ ਨਾਗਰਿਕਤਾ ਦੀ ਸੁਰੱਖਿਆ ਹੋਵੇ ਪੰਜਾਬ ਦੇ ਵਿੱਚ ਕਿੰਨੀ ਥਾਈਂ ਗੋਲੀਆਂ ਚੱਲ ਗਈਆਂ ਕੱਲ ਲੁਧਿਆਣੇ ਡਕੈਤੀ ਵੱਡੀ ਹੋ ਚੱਲੀ ਸੀਗੀ ਹੋਰ ਵੀ ਲਾ ਐਂਡ ਆਊਟ ਦੀ ਸਥਿਤੀ ਬਰਕਰਾਰ ਹੈ ਜਿਹੜੇ ਸੈਂਕੜੇ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰੀ ਉਹ ਜਿਹੜੇ ਇਹ MP ਕੋਈ MLA ਕੋਈ ਇਹਨਾਂ ਦੀ ਸੁਰੱਖਿਆ ਦੇ ਵਿੱਚ ਹੀ ਲੱਗੇ ਰਹਿੰਦੇ ਅੱਜ ਵੀ ਤੁਸੀਂ ਦੇਖ ਲਓ ਬਕਾਇਦਾ ਇਹ ਬੜਾ ਥੋੜਾ ਵਧੀਆ ਸਵਾਲ ਹੈ ਆਪਾਂ ਇਹਨਾਂ ਦੇ ਵਿੱਚ ਖੜੇ ਆ ਇਹਨਾਂ ਦੀ ਹਾਜ਼ਰੀ 'ਚ ਹੀ ਕਹਿੰਦੇ ਆ ਇੱਕ ਤਾਂ ਪਿੱਛੋਂ ਕਹਿਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਪੁਲਿਸ ਹੈ ਉਹ ਪਬਲਿਕ ਸਰਵੈਂਟ ਹੈ ਪਬਲਿਕ ਸਰਵੈਂਟ ਦਾ ਕੰਮ ਵੀ ਤੁਸੀਂ ਸਮਝਾ ਦਿਓ ਮਾੜਾ ਜਿਹਾ ਪਬਲਿਕ ਸਰਵੈਂਟ ਦੀ ਸੇਵਕ ਪਬਲਿਕ ਸਰਵੈਂਟ ਲੋਕਾਂ ਦੀ ਸੇਵਕ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ 'ਚ ਹਾਜ਼ਰ ਹੋਵੇ ਰਾਜਕਾਰ ਦਾ ਸ਼੍ਰੇਣੀ ਦੀ ਸੇਵਾ 'ਚ ਹਾਜ਼ਰ ਨਹੀਂ ਹੋਣੀ ਚਾਹੀਦੀ ਇਹ ਸਾਡੇ ਕੌਣ ਨੇ ਇਹ ਪਬਲਿਕ ਸਰਵੈਂਟ ਹੈ ਇਹਨਾਂ ਦੀ ਨਹੀਂ ਸਰਕਾਰ ਪਬਲਿਕ ਸਰਵੈਂਟ ਨਹੀਂ ਹੈ ਇਹ ਤਾਂ ਜ਼ਾਲਮ ਹੈ ਸਰਕਾਰ ਨੇ ਜਾਨਵਾਂ ਨੂੰ ਆਪਦੀ ਰਾਖੀ ਵਾਸਤੇ ਪੁਲਿਸ ਨੂੰ ਲਾ ਰੱਖਿਆ ਹੋਰ ਤਾਂ ਕੋਈ ਕੰਮ ਨਹੀਂ ਬਿਊਰੋਕਰੈਟ ਦਾ ਕੀ ਕੰਮ ਹੁੰਦਾ ਕੋਈ ਕੰਮ ਨਹੀਂ ਪੰਜਾਬੀ 'ਚ ਵੀ ਦੱਸ ਦਿਓ ਨੌਕਰਸ਼ਾਹ ਨੌਕਰਸ਼ਾਹ ਬਿਊਰੋਕਰੈਟ ਸਭ ਤੋਂ ਕਰਪਟ ਸੰਸਥਾ ਜਿਹੜੀ ਕਦੇ ਨਾ ਸੱਚ ਬੋਲੇ ਨਾ ਸੱਚ ਲਿਖੇ ਨਾ ਸੱਚ ਸੁਣੇ 24 ਘੰਟੇ ਚੋਰ ਯਾਰ ਠੱਗ ਅਤੇ ਬਤਕਾਰ ਦੇ ਨਾਲ ਖੜਨਗੇ ਜਿਹੜਾ ਬਿਊਰੋਕਰੈਟ ਹੁੰਦਾ ਕਲੱਬਾਂ 'ਚ ਬਹਿ ਕੇ ਸ਼ਰਾਬਾਂ ਪੀਂਦਾ ਮੈਂ ਕਲੱਬ ਦੇ ਵਿੱਚ ਰਿਹਾ ਮੈਨੂੰ ਪਤਾ ਹੈ ਉੱਥੇ ਤੁਸੀਂ ਪਜਾਮਾ ਪਾ ਕੇ ਨਹੀਂ ਜਾ ਸਕਦੇ ਦੂਜੀ ਤਾਂ ਗੱਲ ਛੱਡੋ ਉੱਥੇ ਸ਼ਰਾਬਾਂ ਪੀਂਦੇ ਆ ਮੁਫਤ ਕੋਈ ਬਿਊਰੋਕਰੈਟ ਆਪਦੀ ਤਨਖਾਹ 'ਚੋਂ ਸ਼ਰਾਬ ਨਹੀਂ ਪੀਂਦਾ ਮੁਫਤ ਪੀਂਦਾ ਅਤੇ ਜਿਹੜਾ ਮੁਫਤ ਸ਼ਰਾਬ ਪੀਂਦਾ ਉਹ ਫਿਰ ਕੰਮ ਕਿਵੇਂ ਕਰੂਗਾ ਆਪਣੇ ਕੋਲ ਤਾਂ ਗੱਲ ਹੀ ਸਿੱਧੀ ਦੱਸ ਦੇ ਕੰਮ ਕਰੂਗਾ ਜਿਹਨਾਂ 'ਤੇ ਮੁਫਤ ਸ਼ਰਾਬ ਜਿਨ੍ਹਾਂ ਦੀ ਖਾਧੀ ਬਾਜਰੀ ਉਹਦੀ ਭਰਤੀ ਹਾਜ਼ਰੀ ਜਿਨ੍ਹਾਂ ਨੇ ਚਬਾਤੇ ਛੋਲੇ ਉਹਨਾਂ ਦੇ ਬਣ ਗਏ ਗੋਲੇ ਲੋਕਾਂ ਦੇ ਥੋੜ੍ਹਾ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਅਸੀਂ ਅਧਿਕਾਰੀ ਨੂੰ ਮਿਲਣਾ ਹੁੰਦਾ ਏ ਤਾਂ ਬਾਹਰ ਖੜਾ ਪੀਆਂ ਨਹੀਂ ਜਾਣ ਦਿੰਦਾ ਸਾਹਿਬ ਕਹਿੰਦਾ ਆਰਾਮ ਕਰਦੇ ਹਾਂ ਵੇਖੋ ਕਿਆ ਬਾਤ ਹੈ ਜਦੋਂ ਆਪਾਂ ਜਾਂਦੇ ਹਾਂ ਚੌਥੇ ਦਰਜੇ ਦਾ ਮੁਲਾਜ਼ਮ ਸਾਹਿਬ ਦੇ ਦਰਵਾਜ਼ੇ 'ਤੇ ਖੜਾ ਹੁੰਦਾ ਸਾਹਿਬ ਨੂੰ ਕੋਈ ਕੰਮ ਨਹੀਂ ਪਹਿਲੀ ਗੱਲ ਤਾਂ ਸਵੇਰੇ 9 ਵਜੇ ਆਉਣ ਦੀ ਥਾਂ 11 ਵਜੇ ਆਊ 4 ਵਜੇ ਜਾਣ ਦੀ ਥਾਂ 2:30 ਵਜੇ ਤੱਜੂ ਉਦੋਂ ਬਾਅਦ ਉਹਦਾ ਕੋਈ ਕੰਮ ਨਹੀਂ ਅੰਦਰ ਵਿਹਲਾ ਕੋਈ ਕੰਮ ਨਹੀਂ ਉਹ ਆਖਣੇ ਸਾਹਿਬ ਕੰਮ ਕਰਦਾ ਨੰਬਰ 2 ਫਿਰ ਆਪਾਂ ਉਹਨੂੰ ਕੀ ਕਹਿੰਦੇ ਹਾਂ ਅੱਕੇ ਹਜ਼ੂਰ ਸਾਹਿਬ ਜਨਾਬ ਸਾਹਿਬ ਬਹਾਦਰ ਮਾਈ ਬਾਪ ਮੀ ਲਾਰਡ ਯੋਰ ਓਨਰ ਹਰ ਹਾਈਨੈਸ ਸਰ ਕਿੱਡੇ ਕਿੰਨੇ ਸ਼ਬਦ ਫਿਊਡਲ ਯੁੱਗ ਦੇ ਸਰਮਾਏਦਾਰੀ ਨੇ ਫਿਊਡਲ ਜਗੀਰਦਾਰੀ ਯੁੱਗ ਦੇ ਸ਼ਬਦਾਂ ਨਾਲ
अज के समय के संबोधन किया जाता है, शब्द भी बंद होने चाहिए। ये बिल्कुल अपने माई बाप नहीं हैं, साढ़े नौकर ने दे आर पबलिक सर्वेंट, इन्होंने दफ्तर से ला देना चाहिए भी ये फलाना फलाना IAS IPS ये पबलिक सर्वेंट है। पर सत्तर सत्तर मुलाजम गनमैन नेड़े नहीं आने देंगे, तुम देखे चाहे कोई अधिकारी है चाहे कोई नेता है। मैं दस जी गल तेन अज मैं बोली, अज सत्तर साल किसी ने बोली नहीं पता, मैं पढ़न लग गया मैं पता लग गया मैं बोलती, कईयों पता डरते नहीं बोलते बेचारे को। हक हक पता भी होने चाहिए ने, अधिकार पता भी होने चाहिए ने, ते लैने किवें भी पता होना, लैने चेतना नाल, चेतना संघर्ष नाल। इन्हां तों ये कहिंदे आ आम तौर पर साडी ब्यूरोक्रेसी कहिंदी कि पबलिक तो प्रोपर दूरी बना के रखो, ये लफ्ज है कीप दैम एट आर्म्स लेंथ अंग्रेजी बोलते हैं। इन्हां नूं पुछना होवे जिन्हां दे तुसीं गुलाम हो नौकर हो उन्हां तों तुसीं दूरी किवें बना लोगे, दूरी का थोड़े तो मालिक बनावे, मालिक कौन है पबलिक, पबलिक है भी दूर बना के रखो, जान दे काबिल नहीं है, इन्हें पता लगे हाथ बन के आना, सब कुछ उल्ट होया पे तो अजे तक असं अंग्रेजा तो याद नहीं होए। जिहड़ा साडा चाचा सी, एक साढ़े चाचे का फुफड़ सी, एक जनाह सी, एक सी राज गोपालाचारी सी, चार हिंदुस्तान के महान बंदे, लेडी माउंटबैटन के नाल जिहड़ी लंडन शहर की सब तो गंदी औरत सी, उहदे नाल अपने चाचे उहदी सिगरटा पींदे सी। फोटो हुण भी सामने आउंदियां सिगरटा, उन्होंने थोनू आजादी लैके दिती है, कोई आजादी नहीं। उन्हूं पता की कहा, वाह भी वाह, आधा आजादी नहीं थोनू कलोनीयल स्टेटस दिता है, कलोनीयल स्टेटस बदलिया की है, हुण भी जवापा लगते ने साहित्य रखण ते बोलण ते जवापा लगते ने। मैं दसा थोड़ा IPC है, इंडियन पैनल कोड, भारतीय दंडावली, ठीक है। अज उन्हूं 160 बरे हो गए, 160 बरे, इन्हों एक लफ्ज नहीं बदलिया, यदा मतलब करते की ने, की करते, क्योंकि पढ़े नहीं हैं, अनपढ़ ने, थर्ड क्लास BA ने, ठीक है ना। जो बराबर का पढ़ने ता ही वह सुधार सुधार लियाँगे ना, पढ़ना है नहीं, गाला देनिया। बापू जी हूँ फिर सवाल उ है बे जो खेती, जिहड़ा खेती का कानून है, आपां सारे कहिंदे आ पंजाब सब तो मूहरे है, पंजाब क्योंकि हमेशा लड़दा भी रहा, चाहे कदे भी कोई भी गल 47 दी होवे 84 दी होवे जदों भी किते होया, ते हुण खेती कानून रद्द कराउणे ने, राह की है बस ये दस्सो। राह बेटा आही संघर्ष, जिथे जांदा घेरो, वार्तालाप करो, ठीक है, वार्तालाप करो, वार्तालाप चो हार जाणगे, वह लुकदी तां ने, कोशिश करोंगे अज गलबात करन दी, अज तां कहिंदे हुणे बाहर आ जे, वाह बई वाह, असी उन्होंने ये तुम गरंटी दें, बहर आके इतने खड़ जे हथ बन के कवे दसो जी, मैं थोड़ी दूरी से खड़ जाए डर लगता है, थोड़ी दूरी से खड़ जाए डर लगता है। अरे ब्रो गल ही कोई नहीं, जे एक बंदा ये मैंने रोड़ा चला जे, जा बुरा बोल जे, जा नारा ला जे, इतने खड़ के गल करे सारे सुनांगे, ये वध पढ़े लिखे हाँ, वाह बई वाह, जिन्हें इतने खड़े है आ चादर वाला बंदा सारे नालों वध पढ़िया, हुण दसो गल करनी होंगी सानू अंग्रेजी च करे तो अंग्रेजी कर लेंगे। समझाते हैं होटलों च बैठ के कि समझा सी, ठंडे पीणगे, फिर इतने शराब पई होंगी पी के मुड़ जाएंगे, तीन चार बारी कॉफी पी लेंगे, बद कॉफी पीएंगे, पांच छह बारी पेशाब करेंगे, फिर आखेंगे बाय टाटा गल खत्म, इन्ना इस बाद इन्हों कख नहीं आता। चलो बहुत धन्यवाद बलकौर सिंह जी गलबात करन दे लई। बलकौर सिंह होरां दी तुसीं गलबात सुनी है, बापू बलकौर सिंह अज प्रदर्शन दे विच शामिल होए ने, ते जित्तां हमेशा संघर्ष नाल लईआं जांदियां ने, यही कहा है बापू बलकौर सिंह ने, जित दे लई संघर्ष जारी है, कदों जित मिलदी है ये देखना है। फिलहाल कैमरामैन परविंदर दे नाल रणबीर सिंह राणा।